ਅਕਸਰ ਤੁਸੀਂ ਸੱਚੇ ਪਿਆਰ ਦੇ ਬੜੇ ਹੀ ਕਿੱਸੇ ਸੁਣੇ ਹੋਣੇ, ਪਰ ਅਸੀਂ ਤੁਹਾਨੂੰ ਅੱਜ ਅਜਿਹੇ ਮਾਮਲੇ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੁੜੀਆਂ ਪਿਆਰ ਕਰਨ ਦੀ ਤਾਂ ਦੂਰ ਦੀ ਗੱਲ, ਪਿਆਰ ਕਰਨ ਬਾਰੇ ਸੋਚ ਵੀ ਨਹੀਂ ਸਕਦੀਆਂ। ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਨਾਬਾਲਗ ਲੜਕੀ ਵੱਲੋਂ ਆਪਣੇ ਪ੍ਰੇਮੀ 'ਤੇ ਪਿਆਰ ਦੇ ਚੱਕਰਾਂ 'ਚ ਪਾ ਕੇ ਅਗਵਾ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ, ਜਿਸ ਦੀ ਸਾਰੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ। ਵੀਡੀਓ 'ਚ ਲੜਕਾ ਕੁੜੀ ਨੂੰ ਕੱਪੜਿਆਂ ਵਾਲੀ ਦੁਕਾਨ 'ਚੋਂ ਬਾਹਰ ਲੈ ਕੇ ਜਾਂਦਾ ਸਾਫ਼ ਦਿਖਾਈ ਦਿੰਦਾ। ਵੀਡੀਓ ਦੇਖ ਤੁਸੀਂ ਸਭ ਸਮਝ ਗਏ ਹੋਣੇ। ਹੁਣ ਤੁਹਾਨੂੰ ਪੂਰੇ ਮਾਮਲੇ ਵੱਲ ਲੈ ਚੱਲਦੇ ਹਾਂ। ਦਰਅਸਲ ਅਗਵਾਹ ਹੋਈ ਨਾਬਾਲਗ ਲੜਕੀ ਵੱਲੋਂ ਆਪਣੇ ਪ੍ਰੇਮੀ ਸੈਫ ਅਲੀ ਮੁੰਡੇ 'ਤੇ ਪਿਆਰ 'ਚ ਧੋਖਾ ਦੇ ਕੇ ਜਿਨਸੀ ਸੰਬੰਧ ਬਣਾਉਣ ਦੇ ਦੋਸ਼ ਲਾਏ ਜਾ ਰਹੇ ਨੇ। ਪੀੜਤ ਲੜਕੀ ਦਾ ਕਹਿਣਾ ਕਿ ਪਹਿਲਾਂ ਲੜਕੇ ਨੇ ਮੈਨੂੰ ਵਿਆਹ ਕਰਵਾਉਣ ਦਾ ਝਾਂਸਾ ਦਿੱਤਾ ਅਤੇ ਮੈਨੂੰ ਧੋਖੇ ਨਾਲ ਅੰਮ੍ਰਿਤਸਰ ਦੇ ਕਿਸੇ ਹੋਟਲ 'ਚ ਲੈ ਗਿਆ ਜਿੱਥੇ ਉਸਨੇ 3 ਦਿਨ ਮੇਰੇ ਨਾਲ ਨਜਾਇਜ਼ ਸੰਬੰਧ ਰੱਖੇ। ਪੀੜਤ ਪਰਿਵਾਰ ਨੇ ਪੁਲਿਸ ਤੋਂ ਮਦਦ ਦੀ ਗੁਹਾਰ ਕੀਤੀ ਹੈ। ਜੀ, ਮੇਰੀ ਬੇਟੀ ਨੂੰ 3 ਦਿਨ ਪਹਿਲਾਂ ਗਵਾਹ ਕੀਤਾ ਜੀ, ਮੈਂ ਥਾਣੇ ਵੀ ਆਉਂਦੀ ਰਹੀ, ਮੇਰੀ ਕੋਈ ਸੁਣਵਾਈ ਨਹੀਂ ਹੋਈ ਹੈਗੀ। ਠੀਕ ਆ ਜੀ, ਹੁਣ ਮੇਰੀ ਬੇਟੀ ਦੇ ਨਾਲ ਗਲਤ ਸੰਬੰਧ ਬਣਾ ਕੇ, ਭਾਅ ਜੀ ਸ਼ੇਖੂਪੁਰੇ ਮਹੱਲੇ ਦਾ ਰਹਿਣ ਦਾ ਇੱਕ ਮੇਲ ਹੈ, ਭਾਅ ਜੀ ਉਹ ਗਲਤ ਕੰਮ ਕਰਦਾ ਆ, ਮੁੰਡਾ ਚੰਗਾ ਨਹੀਂ, ਉਹਦੇ ਜੀ ਬੈਕਗਰਾਊਂਡ ਬਿਲਕੁਲ ਸਹੀ ਨਹੀਂ ਹੈਗਾ। ਭਾਅ ਜੀ ਉਹ ਇਹ ਕੁੜੀਆਂ ਹਰ ਕੁੜੀਆਂ ਨਾਲ ਇਸ ਤਰ੍ਹਾਂ ਹੀ ਕਰਦਾ ਆ। ਨਹੀਂ ਭਾਅ ਜੀ, ਉਹਦੀ 32-33 ਸਾਲ ਉਮਰ ਹੈਗੀ ਆ। ਤੁਹਾਡੀ ਲੜਕੀ ਦੀ ਕਿੰਨੀ? ਭਾਅ ਜੀ ਮੇਰੀ ਲੜਕੀ ਦੀ 15 ਸਾਲ ਉਮਰ ਆ। ਭਾਅ ਜੀ ਹੁਣ ਮੇਰੀ ਲੜਕੀ ਕਹਿੰਦੀ ਹੈ ਕਿ ਮੰਮਾ ਮੇਰੀ ਇੰਨੀ ਇੱਜ਼ਤ ਖਰਾਬ ਕੀਤੀ ਹੈ, ਮੈਂ ਉਹਨੂੰ ਉੱਤੇ ਪਰਚਾ ਕਰਾਉਣਾ ਆ। ਭਾਅ ਜੀ ਉਹਨੂੰ ਵਿਆਹ ਦੇ ਝਾਂਸੇ ਵਿੱਚ ਨਾਲ ਲੈ ਗਿਆ, ਹੁਣ ਉਹਦੇ ਨਾਲ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ। ਉਹਦੀ ਮਾਂ ਦਾ ਵੀ ਹੱਥ ਵਿੱਚ ਜੀ, ਉਹਦੀ ਮਾਂ ਦਾ ਨਾਂ ਹੈਗਾ ਚੁੱਲੀ, ਉਹਦੀ ਮਾਂ ਭੈਣ ਦਾ ਨਾਂ ਹੈਗਾ ਮਮਤਾ। ਭਾਅ ਜੀ ਉਹਨਾਂ ਮਮਤਾ ਸਾਡੇ ਘਰ ਵੀ ਆਉਂਦੀ ਸੀ, ਕਹਿੰਦੀ ਤੁਹਾਡੀ ਕੁੜੀ ਸਾਡੇ ਕੋਲ ਨਹੀਂ ਹੈਗੀ। ਹੁਣ ਭਾਅ ਜੀ ਮੇਰੇ ਬੇਟੀ ਨੇ ਬਿਆਨ ਦਿੱਤਾ ਕਿ ਮੈਂ ਉਹਨਾਂ ਦੇ ਕੋਲ ਸੀਗੀ, ਉਹਨਾਂ ਨੇ ਮੈਨੂੰ ਨਿਕਲ ਨਹੀਂ ਸੀ ਦਿੰਦੇ ਭਾਅ ਜੀ ਘਰੋਂ। ਹਾਂਜੀ, ਪਤਾ ਨਹੀਂ ਭਾਅ ਜੀ ਕਿੱਥੇ ਰੱਖਿਆ ਮੇਰੀ ਕੁੜੀ ਨੂੰ, ਕਿੱਥੇ ਨਹੀਂ ਉਹਨਾਂ ਨੇ ਰੱਖਿਆ। ਜੀ ਭਾਅ ਜੀ ਮੈਨੂੰ ਦੱਸਦੀ, ਮੇਰੀ ਬੇਟੀ ਵੀ ਮੈਨੂੰ 3 ਦਿਨ ਮੰਮਾ ਇਹਨਾਂ ਨੇ ਹੋਟਲ ਵਿੱਚ ਰੱਖਿਆ ਆ ਜੀ। ਹੁਣ ਮੈਨੂੰ ਮੇਰੀ ਬੇਟੀ ਨੂੰ ਇੱਦਾਂ ਹੀ ਲੈ ਕੇ ਗਿਆ ਜੀ, ਜੇ ਉਹਦੇ ਵਿੱਚ ਜ਼ਰੂਰਤ ਹੁੰਦੀ ਮੇਰੀ ਬੇਟੀ ਦੇ ਨਾਲ ਆਉਂਦਾ, ਇਕੱਲੀ ਨੂੰ ਭਾਅ ਜੀ ਮੇਰੀ ਬੇਟੀ ਨੂੰ ਛੱਡ ਦਿੱਤਾ। ਇਸ ਸੰਬੰਧੀ ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ। ਸੈਫ ਅਲੀ ਪੁੱਤਰ ਜਸਵੰਤ ਸਿੰਘ ਵਾਸੀ ਸ਼ੇਖਪੁਰ ਮਹੱਲਾ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ 376, 363, 366 IPC ਲੜਕੀਆਂ ਵੱਲੋਂ ਪਿਆਰ ਦੇ ਚੱਕਰਾਂ ਚ ਪੈਣਾ ਅੱਗੇ ਜਾ ਕੇ ਕਿਤੇ ਨਾ ਕਿਤੇ ਗੰਭੀਰ ਚਿੰਤਾ ਦਾ ਵਿਸ਼ਾ ਬਣ ਜਾਂਦਾ, ਜਿਸ ਦੀ ਉਦਾਹਰਣ ਤੁਹਾਡੇ ਸਾਹਮਣੇ ਆ ਚੁੱਕੀ ਹੈ। ਅੰਮ੍ਰਿਤਸਰ ਤੋਂ ਸਨੀ ਸਹੋਤਾ ਦੀ ਰਿਪੋਰਟ, ਰੋਜ਼ਾਨਾ ਟਾਈਮਜ਼।